ਜੀ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਸਵੰਤ ਰਾਏ ਸੰਨਾ ਵੱਡੀ ਆਪਣੀ ਨਰਿੰਦਰ ਕੁਮਾਰ ਪਿੰਡ ਸ਼ਾਮਪੁਰਾ ਜ਼ਿਲ੍ਹਾ ਰੂਪਨਗਰ ਮੈਂ ਪਿਛਲੇ 3 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਕੀ ਫਾਇਦੇ ਹੈ ਜੀ ਇਸ ਦੇ ਸਿੱਧੀ ਬਿਜਾਈ ਦਾ ਪਹਿਲੇ ਸਭ ਤੋਂ ਵੱਡਾ ਫਾਇਦਾ ਜੀ ਲੇਬਰ ਦੀ ਬਚਤ ਦੂਜਾ ਸਭ ਤੋਂ ਵੱਡਾ ਫਾਇਦਾ ਜੀ ਇਹਦਾ ਪਾਣੀ ਦੀ ਸਭ ਤੋਂ ਜ਼ਿਆਦਾ ਬਚਤ ਹੈ ਜੀ ਪਾਣੀ ਕਣਕ ਵਾਂਗ ਇਹਨੂੰ ਲਗਾਉਣਾ ਪੈਂਦਾ ਜੀ ਹਫ਼ਤੇ ਬਾਅਦ ਵੀ ਲੱਗਿਆ 10 ਦਿਨ ਬਾਅਦ ਲੱਗਿਆ ਕੋਈ ਫਰਕ ਨਹੀਂ ਪੈਂਦਾ ਤੇ ਜਿਹੜੇ ਅਸੀਂ ਪਹਿਲੇ ਕੱਦੂ ਵਾਲਾ ਝੋਨਾ ਲਗਾਉਂਦੇ ਸੀਗੇ ਉਹਦੇ ਵਿੱਚ ਸਾਨੂੰ ਡੇਲੀ ਖੇਤ ਨੂੰ ਭਰ ਕੇ ਰੱਖਣਾ ਪੈਂਦਾ ਸੀਗਾ ਜਦੋਂ ਤੋਂ ਅਸੀਂ ਇਹ ਝੋਨੇ ਦੀ ਸਿੱਧੀ ਬਿਜਾਈ ਕਰਨ ਲੱਗੇ ਆ ਉਹਦੇ ਸਾਨੂੰ ਪਾਣੀ ਕਦੇ ਲੱਗ ਗਿਆ ਕਦੇ ਨਾਲ ਲੱਗ ਗਿਆ ਜੇ 4 ਦਿਨ ਨਾ ਵੀ ਲੱਗਿਆ ਤਾਂ ਵੀ ਸਾਡਾ ਖਹਿੜਾ ਛੁੱਟਦਾ ਜੀ ਤੇ ਨਾਲ ਇਹਦੇ ਕੀ ਸਭ ਤੋਂ ਵੱਡਾ ਫਾਇਦਾ ਜੀ ਪਾਣੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਪਾਣੀ ਦਾ ਲੈਵਲ ਤੁਸੀਂ ਆਪ ਖੁਦ ਜਾਣਦੇ ਹੋ ਜੀ ਦਿਨ ਪਰ ਦਿਨ ਨੀਚੇ ਜਾ ਰਿਹਾ ਸਿੱਧੀ ਬਿਜਾਈ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਟ ਲੱਗਦਾ ਤੇ ਸਾਨੂੰ ਮੋਟਰ ਜ਼ਿਆਦਾ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਇਹਦੇ ਨਾਲ ਕੋਰੋਨਾ ਕਾਲ ਦੇ ਵਿੱਚ ਮੈਨੂੰ ਮਸ਼ੀਨ ਲਾਉਣੀ ਪੈ ਗਈ ਉਸ ਟਾਈਮ ਦੇ ਵਿੱਚ ਲੇਬਰ ਇੱਥੇ ਰਹੀ ਨਹੀਂ ਤੇ ਜਦੋਂ ਦੇਖਿਆ ਵੀ ਕਿਤੇ ਖੇਤ ਖਾਲੀ ਨਾ ਰਹਿ ਜਾਣ ਤਾਂ ਝੋਨੇ ਦੀ ਬਿਜਾਈ ਕਰਨ ਦੇ ਲਈ ਅਸੀਂ DSR ਮਸ਼ੀਨ ਲਿਆਂਦੀ ਤੇ ਉਹਦੇ ਨਾਲ ਮੇਰੇ ਖੇਤਾਂ ਦੀ ਸਾਰੀ ਬਿਜਾਈ ਹੋਈ ਆਪਣੀ ਵੀ ਕੀਤੀ ਤੇ ਆਪਣੇ ਨਾਲ ਦੇ ਜ਼ਿਮੀਦਾਰ ਭਰਾਵਾਂ ਦੀ ਹੋਰ ਵੀ ਬਿਜਾਈ ਕੀਤੀ ਜਿਸ ਦੇ ਨਾਲ ਕਿ ਸਾਡਾ ਟਾਈਮ ਦੀ ਬੱਚਤ ਹੋ ਗਈ ਤੇ ਨਾਲ ਸਾਨੂੰ ਲੇਬਰ ਇੱਧਰ ਉੱਧਰ ਢੂੰਡਣੀ ਨਹੀਂ ਪਈ ਖੇਤ ਦੇ ਵਿੱਚ ਨਦੀਨ ਵਰਗਾ ਜੇ ਕਹਿੰਦੇ ਸਮੱਸਿਆ ਆਉਂਦੀ ਆ ਟਾਈਮ ਟੂ ਟਾਈਮ ਅਸੀਂ ਖੇਤੀਬਾੜੀ ਮਹਿਕਮੇ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਲ ਜੁੜਨ ਨਾਲ ਜੇ ਸਾਡੇ ਡਾਕਟਰ ਰਾਕੇਸ਼ ਕੁਮਾਰ ਜੀ ਨੇ ਰੋਪੜ ਦੇ ਖੇਤੀਬਾੜੀ ਅਫਸਰ ਤੇ ਉਹਨਾਂ ਨੇ ਸਾਨੂੰ ਟਾਈਮ ਟਾਈਮ ਤੇ ਦੱਸਿਆ ਕਿਹੜੀ ਦਵਾਈ ਯੂਜ਼ ਕਰਨੀ ਆ ਕਿਹੜੀ ਕਿਹਦੇ ਨਾਲ ਘਰ ਨਹੀਂ ਹੁੰਦਾ ਤੇ ਕਿੰਨਾ ਆਪਾਂ ਨੇ ਖਾਦ ਵਗੈਰਾ ਪਾਉਣਾ ਉਹ ਸਾਨੂੰ ਸਾਰਾ ਨਾਲ ਦੀ ਨਾਲ ਦੱਸ ਰਹੇ ਨੇ ਤੁਹਾਡੇ ਤੋਂ ਕਿੰਨੇ ਮੇਰੇ ਖੇਤ ਦੇ ਵਿੱਚ ਮੈਂ ਦੇਖ ਕੇ ਪਹਿਲੇ ਝੋਨੇ ਦੀ ਬਿਜਾਈ ਜਦੋਂ ਅਸੀਂ ਕਰਦੇ ਆ ਤੇ ਸਾਨੂੰ ਪਹਿਲੇ 40 ਦਿਨ ਦੇ ਵਿੱਚ ਨਾ ਲੋਕੀ ਕਹਿ ਦਿੰਦੇ ਆ ਵੀ ਇਹ ਕੁਛ ਨਹੀਂ ਆਇਆ ਜੇ ਯਾਰ ਇਹਨੂੰ ਬਾਅਦ ਹੋ ਤੁਸੀਂ ਕੁਛ ਨਹੀਂ ਕਰਨਾ ਪਹਿਲੇ 40 ਦਿਨ ਜਿਹੜਾ ਜ਼ਿਮੀਦਾਰ ਉਸ ਤੋਂ ਪ੍ਰੇਰਿਤ ਹੋ ਗਿਆ ਜੁੜਿਆ ਰਹਿ ਗਿਆ ਠੀਕ ਹੈ ਨਹੀਂ ਲੋਕੀ ਡਰਦੇ ਰਹਿੰਦੇ ਨੇ ਵੀ ਪਤਾ ਨਹੀਂ ਕੀ ਇਹਨੇ ਹੋਣਾ ਪਤਾ ਨਹੀਂ ਹੋਣਾ ਪਹਿਲੇ 40 ਦਿਨ ਪਨੀਰ ਹੀ ਰਹਿੰਦੀ ਉਸ ਤੋਂ 40 ਦਿਨ ਤੋਂ ਬਾਅਦ ਫਿਰ ਪਤਾ ਲੱਗਦਾ ਵੀ ਹਾਂ ਖੇਤ ਭਰਿਆ ਰਹਿੰਦਾ ਜੀ ਇਹਦੇ ਵਿੱਚ ਅਸੀਂ 6.5 ਕਿਲੋ ਤੋਂ 7 ਕਿਲੋ 8 ਕਿਲੋ ਬੀਜ ਲਗਾ ਕੇ ਵੀ ਦੇਖਿਆ ਵਧੀਆ ਰਹਿੰਦਾ ਜੋ ਕਿ ਆਪਾਂ ਲੇਬਰ ਤੋਂ ਲਗਵਾਉਂਦੇ ਆ ਜੇ 3 ਕਿਲੋ ਬੀਜ ਸਹੀ ਲਗਾ ਦੇਣ ਤਾਂ ਉਹਦੇ ਨਾਲ ਖੇਤ ਭਰਿਆ ਰਹਿੰਦਾ ਲੇਕਿਨ ਸਾਡੀ ਲੇਬਰ ਹੈ ਜੋ ਬਾਰ ਬਾਰ ਸਾਈਡਾਂ ਤੇ ਵਧੀਆ ਲਗਾ ਦਿੰਦੇ ਤੇ ਅੰਦਰ ਜਾ ਕੇ ਹੱਥ ਹੱਥ ਤੇ ਜੀਰੀ ਲਗਾਉਂਦੀ ਆ ਉਹਦੇ ਨਾਲ ਖੇਤ ਅੰਦਰੋਂ ਖਾਲੀ ਰਹਿੰਦਾ ਤੇ ਝਾੜ ਦੇ ਵਿੱਚ ਬਹੁਤ ਫਰਕ ਪੈਂਦਾ ਇਹਦੇ ਨਾਲ ਮੇਰੇ 35 ਤੋਂ 36 ਕੁਇੰਟਲ ਤੱਕ ਝਾੜ ਰਹੇ ਪਿਛਲੇ ਸਾਲ ਪਿਛਲੇ ਤੋਂ ਥੋੜਾ ਘੱਟ ਠੀਕ ਰਿਹਾ ਤੇ ਹੁਣ ਜਿਵੇਂ ਜਿਵੇਂ ਸਾਨੂੰ ਅੱਗੇ ਅੱਗੇ ਬੀਜਦੇ ਰਹਿੰਦੇ ਉਹਨੇ ਸਾਨੂੰ ਨੌਲੇਜ ਆ ਗਿਆ ਸਾਰਾ ਕਿਵੇਂ ਬੀਜਣਾ ਕਿਵੇਂ ਕੀ ਕਰਨਾ ਉਹਦੇ ਬਾਅਦ ਸਾਨੂੰ ਪਤਾ ਲੱਗਿਆ ਤੇ ਇਹਦਾ ਸਭ ਤੋਂ ਵੱਡਾ ਇੱਕ ਹੋਰ ਫਾਇਦਾ ਟਾਈਮ ਦੇ ਨਾਲ ਫਸਲ ਬੀਜ ਕੇ ਟਾਈਮ ਦੇ ਨਾਲ ਕੱਟੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਪਰਾਲੀ ਆ ਉਹਨੂੰ ਅਸੀਂ ਸਿੱਧੇ ਪਲਟਣੇ ਵਾਲੇ ਦੇ ਨਾਲ ਪਲਟ ਦਿੰਦੇ ਆ ਤੇ ਉਹਦੇ ਨਾਲ ਪਲਟਣੇ ਦੇ ਨਾਲ ਖੇਤ ਦੇ ਵਿੱਚ ਉਹਦੀ ਖਾਦ ਬਣ ਜਾਂਦੀ ਹੈ ਤੇ ਜਿਹੜੀ ਸਾਡੀ ਕਣਕ ਦੀ ਫਸਲ ਹੁੰਦੀ ਆ ਉਹ ਵੀ ਅੱਜ ਨਾਲੋਂ ਵਧੀਆ ਫਸਲ ਨਿਕਲਦੀ ਹੈ ਜੀ ਉਹਦਾ ਖਾਦ ਬਣ ਜਾਂਦਾ ਮੇਰਾ ਨਾਮ ਤਰਵਿੰਦਰ ਸਿੰਘ ਤੇ ਪਿੰਡ ਮੇਰਾ ਕੰਮਣਾ ਹੀ ਤੇ ਸਰ ਆਪਾਂ 3 ਸਾਲ ਤੋਂ DSR ਸਿੱਧੀ ਬਿਜਾਈ ਸ਼ੁਰੂ ਕੀਤੀ ਆ ਤੇ ਇਹਦੇ ਵਿੱਚ ਯਾਨੀ ਆਪਾਂ ਨੂੰ ਬੈਨੀਫਿਟ ਇਹ ਹੈ ਵੀ ਇੱਕ ਤਾਂ ਲੇਬਰ ਦੀ ਸਮੱਸਿਆ ਹੱਲ ਹੋ ਗਈ ਪਾਣੀ ਥੋੜ੍ਹਾ ਘੱਟ ਲੱਗ ਰਿਹਾ ਨਹੀਂ ਪਾਣੀ ਬਹੁਤਾ ਫਰਕ ਤਾਂ ਨਹੀਂ ਹੈਗਾ ਯਾਨੀ 20% ਦਾ ਫਰਕ ਹੈ ਤੇ ਜਿਹੜੀ ਬੈਨੀਫਿਟ ਇਹ ਹੈ ਵੀ ਆਪਾਂ ਨੂੰ ਝਾੜ ਮੰਨ ਲਓ ਘੱਟ ਵੀ ਆਉਂਦਾ ਇਹਦੇ ਵਿੱਚ ਵੀ ਤਾਂ ਮੰਨ ਲਓ ਵੀ ਇੰਨਾ ਆਪਣਾ ਲੇਬਰ ਖਰਚਾ ਤਾਂ ਹੋਰ ਦਵਾਈਆਂ ਦੇ ਖਰਚੇ ਬਚ ਜਾਂਦੇ ਇਹਨਾਂ ਦਾ ਤੇਲਾ ਬਾਹਲਾ ਘੱਟ ਪੈਂਦਾ ਜੀ ਤੇ ਦੂਜੀ ਫੰਗਸ ਘੱਟ ਪੈਂਦੀ ਵੀ ਪਾਣੀ ਲੱਗਦਾ ਨਹੀਂ ਹੈਗਾ ਇਹ ਬੈਨੀਫਿਟ ਨੇ ਬਾਕੀ ਮੈਂ ਕਾਫੀ ਸਾਲਾਂ ਤੋਂ ਇਹਨਾਂ ਦੇ ਘਰ ਜੁੜਿਆ ਹੋਇਆ ਹੈਗਾ ਜੀ ਆਤਮ ਸਕੀਮ ਵਾਲੇ ਘਰ ਤੇ ਵਧੀਆ ਨੇ ਆਪਾਂ ਨੂੰ ਸਹਿਯੋਗ ਦੇ ਰਹੇ ਨੇ ਜੀ ਇਸ ਸਾਲ ਵਾਸਤੇ ਇੱਕ ਇਨਸੈਂਟਿਵ ਵੀ ਦਿੱਤਾ ਹੈਗਾ DSR ਵਾਸਤੇ ਤੇ ਜਿਹੜੇ ਉਸਦੇ ਫਾਇਦੇ ਹੈਗੇ ਉਹ ਸਭ ਨੂੰ ਹੀ ਪਤਾ ਹੈਗਾ ਪਰ ਫਿਰ ਵੀ ਥੋੜੀ ਜਿਹੀ ਹਿਚਕ ਰਹਿੰਦੀ ਹੈਗੀ ਕਿ ਕੁਛ ਨਵਾਂ ਕਰ ਰਹੇ ਹਾਂ ਤਾਂ ਕਿਸੇ ਨੂੰ ਕੋਈ ਘਾਟਾ ਨਾ ਹੋ ਜਾਣ ਤਾਂ ਉਹਦੇ ਵਾਸਤੇ 1500 ਰੁਪਏ ਤਾਂ ਜਿਹੜੇ ਸਰਕਾਰ ਨੇ ਦਿੱਤੇ ਹੀ ਹੈਗੇ ਪਰ ਨਾਲ ਦੀ ਨਾਲ ਮੈਨੂੰ ਇਹ ਹੈਗਾ ਕਿ ਜਿਹੜੀ ਟੈਕਨੀਕੈਲਿਟੀਜ਼ ਹੈਗੀ ਉਹ ਸਾਡੇ ਡਿਪਾਰਟਮੈਂਟ ਦੇ ਬੰਦੇ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਸਹੀ ਟੈਕਨੀਕ ਦਾ ਉਪਯੋਗ ਕਰਦੇ ਹੋਏ ਜਿਹੜੇ ਫਾਇਦੇ ਹੈਗੇ ਇਸ ਜੋ ਟੈਕਨੀਕ ਹੈਗੀ ਉਹ ਸਾਰਿਆਂ ਨੂੰ ਮਿਲਣ ਜਿਵੇਂ ਕਿ ਚਲੋ ਬਿਜਲੀ ਪਤਾ ਹੈ ਆਪਾਂ ਨੂੰ ਪਾਣੀ ਪਤਾ ਹੈ ਪਰ ਜਿਹੜਾ ਮੈਂ ਲੋਕਾਂ ਤੋਂ ਇੰਟਰੈਕਟ ਕੀਤਾ ਹੈ ਉਹਨਾਂ ਨੇ ਇਹ ਵੀ ਕਿਹਾ ਹੈਗਾ ਜੇ ਬਿਲਕੁਲ ਚੰਗੇ ਢੰਗ ਨਾਲ ਕੀਤੀ ਜਾਣ ਤਾਂ ਝਾੜ ਵੀ ਵਧੀਆ ਆਉਂਦਾ ਹੈਗਾ ਵੀਡਸ ਵੀ ਘੱਟ ਰਹਿੰਦਾ ਹੈਗੀ ਤੇ ਕਾਫੀ ਫਾਇਦਾ ਉਹਨਾਂ ਨੂੰ ਮਿਲਦਾ ਹੈਗਾ।
ਤਾਂ ਇਸੇ ਵਾਸਤੇ ਐਗਰੀਕਲਚਰ ਨੂੰ ਸਸਟੇਨੇਬਲ ਬਣਾਉਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਲੋਕ DSR ਨਾਲ ਰਾਹੀਂ ਜਿਹੜੀ ਇਹ ਟੈਕਨੀਕ ਹੈਗੀ ਉਹਦੇ ਰਾਹੀਂ ਆਪਣਾ ਬੀਜਨ ਤੇ ਇਹਦਾ ਫਾਇਦਾ ਲੈ ਸਕਦੇ। ਹਾਂਜੀ ਦੀਦੀ, ਅੱਜ ਅਸੀਂ ਰੂਪਨਗਰ ਜ਼ਿਲ੍ਹੇ 'ਚ ਸਿੱਧੀ ਬਿਜਾਈ ਦੀ ਝੋਨੇ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ, ਇਹਦੇ ਬਾਰੇ ਦੱਸੋ ਕਿ ਇਹਦੇ ਕੀ ਫਾਇਦੇ ਨੇ। ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ, ਸਾਲ 2001-2002 ਤੋਂ ਇਹ ਬਿਜਾਈ ਸ਼ੁਰੂ ਹੋਈ ਹੈ, ਪਰ ਮਹਿਕਮੇ ਨੇ 2010-11-12 ਦੇ ਵਿੱਚ ਇਹਦੀ ਸ਼ੁਰੂਆਤ ਆਪਣੇ ਤੌਰ 'ਤੇ ਕਾਫੀ ਕਿਸਾਨਾਂ ਦੇ ਬਿਜਾਇਆ। ਹੁਣ ਆਪਾਂ ਗੱਲ ਕਰੀਏ ਪਿਛਲੇ 2-3 ਸਾਲਾਂ ਤੋਂ, ਕੋਰੋਨਾ ਕਾਲ ਦੇ ਵਿੱਚ ਇਹਦਾ ਏਰੀਆ ਕਾਫੀ ਵਧਿਆ ਕਿਉਂਕਿ ਉਸ ਵੇਲੇ ਸਾਨੂੰ ਲੇਬਰ ਨਹੀਂ ਮਿਲੀ। ਇਸ ਸਿੱਧੀ ਬਿਜਾਈ ਦੇ ਵਿੱਚ ਲੇਬਰ ਦੀ ਬਹੁਤੀ ਲੋੜ ਨਹੀਂ ਪੈਂਦੀ, ਬਿਜਾਈ ਅਸੀਂ ਡਾਇਰੈਕਟ ਸਿੱਧੀ ਖੇਤ ਦੇ ਵਿੱਚ ਕਰ ਦੇਣੀ ਹੈ। ਜਿੱਦਾਂ ਆਮ ਰਵਾਇਤੀ ਢੰਗ ਜਿਹੜਾ ਹੈਗਾ, ਅਸੀਂ ਪਨੀਰ ਖੇਤਾਂ ਵਿੱਚ ਬੀਜਦੇ ਹਾਂ, ਇਹਦੇ ਵਿੱਚ ਪਨੀਰ ਵੀ ਵੇਚਣੀ, ਉਹਦੇ ਵਿੱਚ ਜਦੋਂ ਅਸੀਂ ਪਟਲਿੰਗ ਕਰਦੇ ਹਾਂ ਖੇਤ ਦੇ ਵਿੱਚ ਇੱਕ ਤਹਿ ਬਣ ਜਾਂਦੀ ਹੈ, ਪਾਣੀ ਥੱਲੇ ਨਹੀਂ ਜਾਂਦਾ, ਪਾਣੀ ਜੀਵਦਾ ਨਹੀਂ, ਪਾਣੀ ਰੱਖਦੇ ਹਾਂ ਉਹਦੇ ਨਾਲ ਅਵੈਪਰੇਸ਼ਨ ਹੁੰਦੀ ਕਮਰੇ ਦੇ ਉੱਤੇ, ਅਵੈਪਰੇਸ਼ਨ ਦੇ ਨਾਲ ਪਾਣੀ ਦੀ ਕਾਫੀ ਜਿਹੜੀ ਹੈ, ਆਪਾਂ ਜਾਣਦੇ ਹਾਂ ਕਿ ਜ਼ਮੀਨ ਦੇ ਵਿੱਚੋਂ ਅਸੀਂ ਇੱਕ ਤਹਿ ਦੋ ਤਹਿ ਮਖਾਨ ਦੇ ਨੇੜੇ ਆ ਗਏ ਹਾਂ, ਤੀਜੀ ਤਹਿ ਵੀ ਉਹ ਵਿਗਿਆਨੀ ਕਹਿ ਰਹੇ ਹੈ ਕਿ ਬਹੁਤਾ ਸਮਾਂ ਨਹੀਂ ਕਿ ਸਾਡੇ ਟੋਟੀਆਂ ਵਾਲਾ ਪਾਣੀ ਵੀ ਬਚੇ। ਅਸੀਂ ਉਸ ਪਾਣੀ ਦੀ ਬੱਚਤ ਕਰਨ ਲਈ ਇਹ ਸਿੱਧੀ ਬਿਜਾਈ ਵੱਲ ਆਏ ਹਾਂ। ਜਿੱਦਾਂ ਕਿ ਪੰਜਾਬ ਸਰਕਾਰ ਨੇ ਚੀਫ ਮਨਿਸਟਰ ਸਾਹਿਬ ਨੇ ਇਸ ਸਾਲ 1500 ਰੁਪਈਆ ਪਰ ਏਕੜ ਦਾ ਦੇਣ ਦਾ ਜਿਹੜਾ ਵਾਅਦਾ ਕੀਤਾ, 20 ਮਈ ਤੋਂ ਅੱਜ ਤੋਂ ਬਿਜਾਈ ਜਿਹੜਾ ਵੀ ਕਿਸਾਨ ਵੀਰ ਕਰੇਗਾ ਉਹਦਾ ਨਾਮ ਦਰਜ ਹੋ ਜਾਏਗਾ, ਉਹਦੇ ਖਾਤੇ ਦੇ ਵਿੱਚ ਸਿੱਧੀ ਪੇਮੈਂਟ ਚਲੀ ਜਾਏਗੀ। ਇਹਦੇ ਵਾਸਤੇ ਸਰਕਾਰ ਨੇ ਵੱਧ ਤੱਕ ਉਪਰਾਲੇ ਕੀਤੇ ਆ, ਖੇਤੀਬਾੜੀ ਮਹਿਕਮੇ ਦੇ ਨਾਲ ਹੋਰ 4-5 ਮਹਿਕਮੇ ਜਿੱਦਾਂ ਸੋਇਲ ਕੰਜ਼ਰਵੇਸ਼ਨ, ਹਾਰਟੀਕਲਚਰ, ਮੰਡੀ ਬੋਰਡ, ਪੰਚਾਇਤੀ ਵਿਭਾਗ ਤੇ ਕੋਆਪਰੇਟਿਵ ਸਹਿਕਾਰੀ ਵਿਭਾਗ, ਇਹ ਸਾਡੇ ਨਾਲ ਲਾਏ ਆ। ਹਰ ਇੱਕ ਪਿੰਡ ਦੇ ਵਿੱਚ ਅਸੀਂ 5-5 ਪਿੰਡ, 7-7 ਪਿੰਡ ਇੱਕ ਇੱਕ ਅਧਿਕਾਰੀ ਕਰਮਚਾਰੀ ਨੂੰ ਵੰਡੇ ਆ, ਉਹ ਉੱਥੇ ਜਾ ਕੇ ਸਿੱਧੀ ਬਿਜਾਈ ਜਿਹੜਾ ਵੀ ਕਿਸਾਨ ਵੀਰ ਕਰਦਾ ਉਹਨੂੰ ਆਪਣੇ ਰਜਿਸਟਰ ਵਿੱਚ ਦਰਜ ਕਰੇਗਾ ਤੇ ਉਹਦਾ ਇਕੱਠਾ ਰਿਕਾਰਡ ਬਣੇਗਾ। ਸਿੱਧੀ ਬਿਜਾਈ ਦੇ ਫਾਇਦੇ ਜਿੱਦਾਂ ਪਹਿਲਾਂ ਵੀ ਦੱਸੇ ਕਿ ਪਾਣੀ ਦੀ ਬੱਚਤ ਦੇ ਨਾਲ